ਤੁਸੀਂ ਸਬਸਕ੍ਰਾਈਬ ਕਰੋ ਇਸ MH1 ਕੰਟੀਨੀ ਮੰਡੀਰ ਦੇ ਆਫੀਸ਼ੀਅਲ YouTube ਚੈਨਲ ਨੂੰ, ਬੈਲ ਆਈਕਨ ਨੂੰ ਪ੍ਰੈਸ ਕਰਕੇ ਤੁਹਾਨੂੰ ਸਾਰੀਆਂ ਨੋਟੀਫਿਕੇਸ਼ਨਸ ਮਿਲ ਜਾ ਕਰਨਗੀਆਂ। ਸੋ ਗੋ ਐਂਡ ਸਬਸਕ੍ਰਾਈਬ। ਓ ਮੰਡੀ, ਗੋਲੀ ਮਾਰ ਅੰਗਰੇਜ਼ੀ ਦੇ ਪੀਰੀਅਡ ਨੂੰ, ਚੱਲ ਆ ਤੈਨੂੰ ਕੰਟੀਨੀ ਚਾਹ ਪਿਆਵਾਂ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਰਵਨੀਤ ਲੈ ਕੇ ਹਾਜ਼ਰ ਹੋ ਚੁੱਕਿਆ ਤੁਹਾਡੇ ਸਾਰਿਆਂ ਦਾ ਫੇਵਰੇਟ ਸ਼ੋਅ ਸ਼ੋਅ ਦਾ ਨਾਮ ਹੈ ਜੀ ਕੰਟੀਨੀ ਮੰਡੀਰ। ਅਤੇ ਅੱਜ ਅਸੀਂ ਆ ਚੁੱਕੇ ਹਾਂ ਜੀ ਹਰਿਆਣਾ ਬੈਲਟ ਦੇ ਵਿੱਚ, ਔਰ ਨੌਰਥਾ ਸ਼ਹਿਰ ਹੈ, ਔਰ ਗੀਤਾ ਇੰਜੀਨੀਅਰਿੰਗ ਕਾਲਜ ਇਸ ਕੈਂਪਸ ਦਾ ਨਾਮ ਹੈ, ਨੌਰਥਾ ਪਿੰਡ ਹੈ। ਓਕੇ, ਚਲੋ ਚਲੋ ਮੈਂ ਸ਼ਹਿਰ ਕਿਹਾ, ਤਾਰੀਫ ਕੀਤੀ, ਚਲੋ ਮੈਂ ਤਾਂ ਤਾਰੀਫ ਹੀ ਕੀਤੀ ਸੀ। ਚਲੋ ਨੌਰਥਾ ਪਿੰਡ ਹੋ ਗਿਆ, ਟਾਊਨ ਹੋ ਗਿਆ, ਸ਼ਹਿਰ ਹੋ ਗਿਆ, ਇੱਕੋ ਹੀ ਗੱਲ ਹੈ। ਡਿਸਟ੍ਰਿਕਟ ਪਾਣੀਪਤ ਪੈਂਦਾ, ਅਤੇ ਪਾਣੀਪਤ ਤੋਂ ਮੈਨੂੰ ਲੱਗਦਾ 10 ਕਿਲੋਮੀਟਰ ਰੋਹਤਕ ਰੋਡ ਦੇ ਉੱਤੇ ਪੈਂਦਾ। ਅਤੇ ਬਹੁਤ ਇੱਥੋਂ ਦੇ ਬੱਚੇ ਕਾਫੀ ਕਹਿੰਦੇ ਟੈਲੈਂਟਡ ਹੈਗੇ ਨੇ। ਆਪ ਆਈਏ ਜੀ, ਹਾਂਜੀ ਹਾਂਜੀ। ਹੈਲੋ ਸਰ। ਹੈਲੋ ਜੀ, ਹੈਲੋ ਜੀ, ਕਿਆ ਨਾਮ ਹੈ ਜੀ ਆਪਕਾ? ਮੇਰਾ ਨਾਮ ਸਤੰਜਨ ਅੰਗੋ ਹੈ। ਹੈ ਸਤੰਜਨ ਟੈਂਜਨ? ਹਾਂਜੀ। ਨਹੀਂ, ਕਿਆ ਨਾਮ ਹੈ? ਇੱਕ ਮਿੰਟ, ਸਤੰਜਨ ਲਦਾਖੀ ਨਾਮ ਹੈ। ਲਦਾਖੀ ਨਾਮ ਹੈ? ਆਪ ਲਦਾਖ ਸੇ ਹੋ? ਹਾਂਜੀ। ਇਤਨੀ ਦੂਰ ਸੇ ਯਹਾਂ ਕਿਉਂ ਪੜ੍ਹਨੇ ਆਏ? अभी यहीं पे सिलेक्शन हुआ था। यहीं पे सिलेक्शन हुआ था? ओके ओके ओके। हम गए थे, गए जो अभी 2-3 महीने पहले, वो रास्ते में आता ना जिस्पा। हाँ जी। जिस्पा तो नहीं आता? नहीं, वो आता है दूसरा, मनाली से आगे, जैसे रोहतांग आ गया। रोहतांग से आगे फिर क्या है? रोहतांग फिर वहाँ से आगे और एक क्या है वो मोड़ आता है पास। वो ऐसे मोड़ नहीं आता, जैसे सभी ऐसे हो जाते हैं बस वाले, हिमाचल ट्रांसपोर्ट बहुत जल्दी निकाल लेती है ऐसे। वहाँ का रास्ता भी मतलब थोड़ा बहुत ज्यादा डरावना होता है। जैसे जैसे पहले ऐसे हो गए, फिर थोड़ा सा देख लिया, पहाड़ देख लिया, फिर ऐसे हो गए। ऐसे ऐसे क्योंकि वहाँ पे पूरा पहाड़ है ना, तो पहाड़ी पे रास्ता ऐसे ही। अच्छा अच्छा, पहाड़ की वजह से ऐसे रास्ता है? ओहो, मैंने सोचा रास्ते की वजह से पहाड़ है जी ऐसे। क्या सुनाओगे? कोई आपके उस कल्चर का गाना आता है आपको? हाँ, ठीक है, सुनाओ जी गाना। Ngave mo so lasano buling las o yala no bu mi du mala sum so yala chung sai chi no bula no bu me na ka he sung dale mo so sung dale mo so ta sa jo be la o ਚੁੰਪੇ ਤਾਂ ਮਿਸਾਂ ਸੋਲਾ ਨੂੰ ਮੇਰਾ ਖਾਰੇ ਹੈ ਸੁਣਾ ਲੈ ਮੋਸੋ। ਬਹੁਤ ਅੱਛੇ, ਬਹੁਤ ਅੱਛੇ, ਬਹੁਤ ਅੱਛੇ, ਥੈਂਕ ਯੂ ਵੈਰੀ ਮਚ। ਬਹੁਤ ਅੱਛੇ। ਇਹ ਮਤਲਬ ਇਸ ਸੈਡ ਸੌਂਗ ਦਾ ਕਿ ਐਡਵੈਂਟੀ ਵਾਲੀ, ਇਹਦਾ ਮਤਲਬ ਵੀ ਥੋੜਾ ਸਾ ਸਮਝਾ ਦੋ ਜੀ। ਹਮਨੇ ਤਾਲੀਆਂ ਨੂੰ ਸਭੀ ਨੇ ਵਜਾਈ, ਸਮਝ ਮੁਝੇ ਲੱਗਦਾ ਕਿ ਜਿਗੋਂ ਜਿਆਦੇ ਆਇਆ ਹੋ। ऐसा है कि लद्दाख में ऐसा मत सोचो कि लद्दाख में कुछ नहीं है। हाँ, हमारे पास बहुत सारी चीज़ें हैं। हाँ, तो उसमें सबसे पहले हम दलाई लामा के लिए, उनके लिए बताया है, सबसे हमारा गुरुजी। हाँ जी। हाँ, प्रीशियस चीज़ है सबसे दलाई लामा है। उसके बाद है फिर हमारे यूथ है। अच्छा। जो हाँ, हमारे यूथ सेकंड पे आता है, तो हमारे लद्दाख का फ्यूचर ही यूथ है, तो ऐसे ही उनके बारे में। ਆਪਣੇ ਸ਼ੱਕ ਕਰੀ ਜਾਂਦਾ, ਮੈਂ ਕਿਹਾ ਆ ਜਾ ਕਹਿੰਦਾ, ਮੈਂ ਕਹਿੰਦਾ ਇਹਨੂੰ ਲੱਗਿਆ ਮੈਂ ਵੀ ਟੀਵੀ 'ਤੇ ਆਊਂਗਾ। ਕੀ ਨਾਮ ਹੈ ਜੀ? ਸੰਜੇ ਯਾਦਵ। ਸੰਜੇ ਯਾਦਵ, ਓਕੇ। ਯਾਦਵ ਜੀ ਕਹਾਂ ਸੇ? ਨੇਪਾਲ ਸੇ। ਨੇਪਾਲ ਸੇ, ਬੱਲੇ ਬੱਲੇ ਬੱਲੇ, ਕਿਆ ਬਾਤ ਹੈ। ਫਿਰ ਤਾਂ ਸਟੱਡੀ ਵੀਜ਼ਾ ਪੇ ਆਏ ਹੋਗੇ? ਹਾਂ, ਨਹੀਂ ਵੀਜ਼ਾ ਤਾਂ ਨਹੀਂ ਆਇਆ ਵੈਸੇ। ਹੈ? ਵੀਜ਼ਾ ਨਹੀਂ ਹੈ? ਵੀਜ਼ਾ ਨਹੀਂ ਹੈ? ਫਿਰ ਡਿਪੋਰਟ ਕਰਾਂਗੇ ਅਸੀਂ। ਵੀਜ਼ਾ ਫਿਰ ਹੀ ਆਇਆ ਇੰਡੀਆ ਆਉਣ ਕੇ ਲਈ। ਹੈ ਜੀ, ਨੇਪਾਲ ਕਾ ਵੀਜ਼ਾ ਫ੍ਰੀ ਆ ਇੰਡੀਆ। ਅੱਛਾ, ਵੀਜ਼ਾ ਫ੍ਰੀ ਆ, ਲੰਘਿਆ ਟੱਪਿਆ ਹੋਇਆ। ਜੇ ਕਦੇ ਸਾਡਾ ਹੋ ਜਾਏ ਨਾ ਕੈਨੇਡਾ ਲਈ, ਇੱਦਾਂ ਸਾਰੇ ਉੱਧਰ ਗਏ ਹੁਣ। ਅੱਛਾ, ਕੌਣ ਸੇ ਉਸਤਾਦ? ਇੱਕ ਮਿੰਟ, ਉਸਤਾਦ ਵੀ ਕੈਨੇਡਾ ਦੇ ਨਾਲ ਉਦੋਂ ਫੀਲ ਚੱਕ ਗਿਆ ਵੀ ਟੱਕ ਦਿਨ ਵੀ ਖਬਰੇ ਨਾਲ ਹੀ ਲੈ ਜਾਣਗੇ। ਅੱਛਾ, ਕਿਹੜੇ ਯਹਾਂ ਪੇ ਕੌਣ ਸਾ ਕੋਰਸ ਜੁਆਇਨ ਕੀਆ ਹੈ? ਸਿਵਲ। ਸਿਵਲ ਇੰਜੀਨੀਅਰਿੰਗ ਜੀ। ਓਕੇ ਓਕੇ ਓਕੇ। ਪੇਰੈਂਟਸ ਵਹੀਂ ਪੇ? ਹਾਂ, ਪੇਰੈਂਟਸ ਨੇਪਾਲ ਮੇਂ ਹੈ। ਕੌਣ ਕੌਣ ਹੈ ਜੀ? ਮੰਮੀ ਹੈ, ਪਾਪਾ ਹੈ। ਜੀ ਜੀ, ਤੁਹਾਡੇ ਜੀ ਨਹੀਂ ਲਾਉਂਦੇ ਨਾਲ? ਕਿਆ? ਮੰਮੀ ਜੀ, ਪਾਪਾ ਜੀ। ਅੱਛਾ, ਹਾਂਜੀ ਹਾਂਜੀ। ਔਰ ਕਿਤਨੇ ਭੈਣ ਭਾਈ? ਤਿੰਨ ਭੈਣ ਹੈ, ਇੱਕ ਭਾਈ, ਸਿੰਗਲ ਹੂੰ ਮੈਂ।
ठीक है चलो बढ़िया गल है सिंगल हूँ बहुत सुखी हूँ अच्छा कितने टाइम बाद घर जाते हो फिर यहाँ से जाने में 24 घंटा लगता है वो कब गए थे मतलब एक महीना पहले गए दो महीने की छुट्टी में करते थे एक महीना पहले गए थे दो महीने की छुट्टी थी अच्छा एक महीना पहले गए थे और दो महीने वहीं पे रहे फिर यानी कि दो महीना यानी कि जून जुलाई अगस्त जो होता है ना अगस्त में दो महीने की छुट्टी हुई दो महीने की छुट्टी हुए थे दो महीने की हुई थी छुट्टी और एक महीने पहले आप गए थे नहीं दो महीने पहले गए थे यार दो महीने की छुट्टी थी कब गए थे ये दो महीने की छुट्टी हुई कब जुलाई में हुई थी हाँ जुलाई में हुई थी तो ये सितंबर अब शुरू हो गया तो अगस्त ही रह गया ना बीच में अगस्त यानी कि जुलाई अगस्त घर पे रहे जुलाई और अगस्त आप घर पे रहे हो दो महीने आप घर पे रहे हो और अभी आए हैं अरे कब आए थे 24 तारीख को 22 तारीख आए हो 24 तारीख को वहाँ से चले 22 को यहाँ पे पहुँच गए नहीं 22 तारीख को उधर से आए 24 तारीख यहाँ पे अच्छा 22 को वहाँ से चले 24 को यहाँ पे पहुँच गए अगस्त में तो आप कह रहे हो मैं अगस्त वहाँ पे था नहीं चलो बहुत बढ़िया उम्मीद है आपका सफर अच्छा रहा होगा हाँ वो तो है क्या सुनाओगे कुछ नेपाल का गाना आप सुनाइए जैसे उन्होंने लद्दाख का सुनाया बहुत अच्छा आप अपने कल्चर का सुनाइए कुछ नहीं आता है गर्दस्दिंग खाया आपने क्या गर्दस्दिंग अब कितना टाइम हो गया यहाँ पे आपको यहाँ पे 3 साल से रह रहा हूँ 3 साल यहाँ पे मिठाई बहुत मशहूर है गर्दस्दिंग यार वो तो पता नहीं है मुझे नहीं पता खाया करो यार बहुत मशहूर है अच्छा गाना नहीं सुनाना नहीं ओके चलो टेक केयर बहुत वधिया पता की खाना पीना जाना होर कुछ नहीं जाना जो मां प्या कमांदे आ तो खाना पीना सवेरे की खादा तेरे पीछे शाक छड़िया है चाड़ी गोरी चट्टी घूमे घंटे दी चकाड़ी पराडा खलाक देख ले हर साउत नाम बोले तेरा किन्ना कर दिया जटा जट्टी तेरा तू यारी केड़ा लाख देख ले बहुत गॉड ब्लेस यू गॉड ब्लेस यू गॉड ब्लेस यू गॉड ब्लेस यू सत्यकाल जी सत्यकाल की नाम है दादा सॉरी आप हिंदी बोल सकते मेरे को पंजाबी समझ नहीं आती मुझे हिंदी नहीं आती जी की क्या नाम है जी रिशु है जी रिशु हाँ जी ओके कहाँ से रिशु जी बिहार से हाँ जी ओके इतनी दूर क्यों लिया दाखला पापा ने करवा दिया मेरे को क्या पता अच्छा पापा ने करवाया जी पापा भी यही पढ़ रहे हैं साथ में नहीं मैं सोचा इकट्ठे आए नहीं पापा ने करवाया एडमिशन ओके यहाँ पे एडमिशन करवाया ते गाना केड़ा देता जी ये हरियाणवी सॉन्ग कौन सा लत लग जाएगी भाई रौनक लग रही ने गर्मी बहुत है सो बुलाने जी अगले स्टूडेंट
ਆਓ ਜੀ। ਹੈਲੋ ਜੀ। ਹੈਲੋ, ਕੀ ਨਾਮ ਹੈ ਤੁਹਾਡਾ? ਰਾਸ਼ੀ। ਰਾਸ਼ੀ ਕਿਹੜੀ ਰਾਸ਼ੀ ਹੈ ਤੁਹਾਡੀ? ਲਿਬਰਾ। ਲਿਬਰਾ, ਅੱਛਾ। ਤੁਲਾ। ਤੁਲਾ ਉਹ ਲੈਬਰਾ ਨਹੀਂ ਯਾਰ, ਤੁਲਾ ਤੁਲਾ। ਹਾਂਜੀ। ਓਕੇ ਓਕੇ ਓਕੇ, ਕੀ ਅੱਜ ਦਾ ਰਾਸ਼ੀ ਫਲ ਪੜਿਆ? ਹਾਂਜੀ। ਕੀ ਅੱਜ ਕੀ ਰੱਬ ਕੀ ਕਹਿੰਦਾ, ਰਾਸ਼ੀ ਕੀ ਕਹਿੰਦੀ ਹੈ? ਤੁਹਾਡੇ ਅੱਛੇ ਕੰਮ ਵਿਗੜਣਗੇ। ਤੁਹਾਡੇ ਅੱਛੇ ਕੰਮ ਵਿਗੜਣਗੇ? ਲੈ ਆ ਗਏ, ਮਿਲ ਲਈ ਤੂੰ ਮੇਰੇ ਨਾਲ, ਵਿਗੜਣਗੇ ਨਾ ਸਾਰੇ ਕੰਮ। ਬਸ ਠੀਕ ਹੈ ਠੀਕ ਹੈ। ਕਹਿੰਦੇ ਪੇਪਰਾਂ 'ਚ ਤੁਸੀਂ ਆਵਾਜ਼ ਆਈ ਸੀ ਬਲੈਕ ਪੈਨ ਯੂਜ਼ ਕਰਦੇ ਹੋ? ਹਾਂਜੀ, ਹੈਡਿੰਗ 'ਚ। ਹੈਡਿੰਗ 'ਚ, ਅੱਛਾ। ਹੈਡਿੰਗ ਵੀ, ਹੈਡਿੰਗ ਸਹੀ ਹੁੰਦੀ ਹੈ ਕਿ ਸਿਰਫ ਇਕੱਲਾ ਬਲੈਕ ਪੈਨ ਹੀ ਕਿਸਾਇਆ ਹੁੰਦਾ? ਹੈਡਿੰਗ ਬਲੈਕ ਤੋਂ ਔਰ ਬਲੂ ਤੋਂ ਸਾਰਾ, ਮਤਲਬ ਸਾਰਾ। ਅੱਛਾ ਪੇਪਰ, ਅੱਛਾ ਪੇਪਰ 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 ਕਦੋਂ ਹੋ ਗਏ? ਹੋ ਗਏ ਪੇਪਰ ਕਿ ਹੋਣੇ ਆ? ਹੋ ਗਏ, ਪਾਸ ਵੀ ਹੋ ਗਏ। ਅੱਛਾ, ਮੈਂ ਤਾਂ ਪੁੱਛਿਆ ਨਹੀਂ ਕਿ ਪਾਸ ਹੋ ਗਏ ਫੇਲ ਹੋਏ, ਆਪ ਹੀ ਦੱਸਤਾ ਵੀ ਪਾਸ ਹੋ ਗਏ। ਐਕਸਟਰਾ ਇਨਫੋਰਮੇਸ਼ਨ ਕੇ ਲਈ, ਐਕਸਟਰਾ ਇਨਫੋਰਮੇਸ਼ਨ। ਕਿੰਨੇ ਪਰਸੈਂਟ ਨੰਬਰ ਆਏ? 64। ਪਹਿਲਾਂ 70 ਕਹਿਣ ਲੱਗੇ ਸੀ? ਨਹੀਂ, ਉਹ 12th ਕੇ ਤੇ। ਹੈ 12th ਕੇ ਤੇ? 12th ਸੀ, ਕਿੰਨੇ ਸੀ? 74। ਇਹ ਤਾਂ ਫਿਰ ਥੱਲੇ ਆ ਗਏ ਤੁਸੀਂ। ਹਾਂ ਓਕੇ। ਕੀ ਏਮ ਹੈ ਜ਼ਿੰਦਗੀ ਦਾ? ਬੀਕਮ ਹੋਟਲ ਮੈਨੇਜਰ। ਕੋਈ ਨਹੀਂ ਕੋਈ ਨਹੀਂ, ਹਿੰਦੀ ਬੋਲੋ। ਬੋਲ ਨਹੀਂ ਤਾ। ਅੱਛਾ ਬੋਲਦਾ, ਕੀ ਬੀਕਮ? ਹੋਟਲ ਮੈਨੇਜਰ। ਹੋਟਲ ਮੈਨੇਜਰ। ਇਹ ਮੈਨੇਜਰ ਇਕੱਠਾ ਕਿਉਂ ਨਹੀਂ ਬੋਲਦੇ ਤੁਸੀਂ, ਫਿਰ ਬੋਲੋ। ਹੋਟਲ ਮੈਨੇਜਰ। ਕੀ ਏਮ ਹੈ? ਹੋਟਲ ਮੈਨੇਜਰ। ਯਾਰ ਬੀਕਮ ਵੀ ਬੋਲਣਾ, ਬੀਕਮ ਨਹੀਂ ਨਹੀਂ ਬੋਲਣਾ, ਇੱਕ 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 ਨਹੀਂ, ਇੱਕ ਇੱਕ ਅੰਗਰੇਜ਼ੀ ਹੈ, ਇੱਕ ਇੱਕ ਕਿਵੇਂ ਹੋ ਸਕਦਾ? ਬੀਕਮ ਹੋਟਲ ਮੈਨੇਜਰ। ਉਧਰ ਉਧਰ ਦੇਖ ਕੇ, ਉਧਰ ਦੇਖ ਕੇ। ਬੀਕਮ ਹੋਟਲ ਮੈਨੇਜਰ। ਅੱਛਾ, ਪੰਜ ਵਾਰੀ ਬੋਲਣਾ? ਮੈਂ ਨਹੀਂ ਬੋਲਦੀ। ਕਿਹੜਾ ਗਾਣਾ ਸੁਣਾਉਣਾ? ਨੇਹਾ ਕੱਕੜ। ਨੇਹਾ ਕੱਕੜ ਗਾਣਾ? ਆ ਗਾਣਾ ਫਿਰ ਪੂਰੀ ਲਾਈਨ ਬੋਲਣਾ, ਨੇਹਾ ਕੱਕੜ ਨਹੀਂ, ਨੇਹਾ ਕੱਕੜ ਦਾ ਗਾਣਾ। ਨੇਹਾ ਕੱਕੜ, ਨੇਹਾ ਕੱਕੜ। ਅੱਛਾ, ਹਾਂਜੀ ਓਕੇ। ਕਿੰਨੇ ਕਿੰਨੇ ਭੈਣ ਭਰਾ ਤੁਸੀਂ? ਤਿੰਨ। ਕੌਣ ਕੌਣ ਜੀ? ਦੋ ਸਿਸਟਰ, ਇੱਕ ਬ੍ਰਦਰ। ਓਕੇ, ਸਭ ਤੋਂ ਵੱਡੇ ਕੌਣ ਨੇ? ਬ੍ਰਦਰ। ਉਹ ਕੀ ਕਰਦੇ ਨੇ ਜੀ? ਉਹ ਸ਼ੇਅਰ ਮਾਰਕੀਟ ਦਾ ਕੰਮ। ਓਕੇ, ਇੱਥੇ ਹੀ? ਨਹੀਂ ਨਹੀਂ, ਦਿੱਲੀ। ਦਿੱਲੀ ਮੇ ਆਪਕੀ ਛੋਟੀ ਸਿਸਟਰ ਵੋ ਯਹੀਂ ਪੇ? ਨਹੀਂ, ਬੜੀ ਸਿਸਟਰ ਹੈ, ਵੋ ਫਾਈਨੈਂਸ ਕਾ ਕੰਮ ਕਰਤੀ ਹੈ। ਸਾਰੇ ਪੈਸਿਆਂ ਵਾਲੇ ਪਾਸੇ ਪਿੱਛੇ ਭੱਜੇ ਹੋਏ ਨੇ। ਵੱਡੇ ਦੀਦੀ ਵਿਆਹ ਗਏ? ਹਾਂਜੀ। ਨਹੀਂ। ਅੱਛਾ, ਉਹ ਨਹੀਂ ਵਿਆਹ ਗਏ? ਨਹੀਂ। ਓਕੇ, ਫਿਰ ਤੁਹਾਡਾ ਨੰਬਰ ਲੱਗੋ। ਵੀਰਾ ਵਿਆਹ ਗਿਆ? ਨਹੀਂ। ਅੱਛਾ, ਕੋਈ ਨਹੀਂ ਵਿਆਹ ਗਿਆ, ਰੱਬ ਕਰਕੇ ਛੋਟੇ ਹੈ। ਹਾਂਜੀ, ਛੋਟੇ ਹੈ। ਦੀਦੀ ਛੋਟੇ? ਭਈਆ 25, ਦੀਦੀ 23 ਔਰ ਮੈਂ 18। ਭਈਆ 25, ਉਹਨਾਂ ਦਾ ਹੋ ਗਿਆ ਵਿਆਹ? ਨਹੀਂ। ਦੀਦੀ? ਨਹੀਂ ਹੁਆ। ਅੱਛਾ, ਕਿਸੇ ਦਾ ਹੋਇਆ ਨਹੀਂ ਵਿਆਹ? ਨਹੀਂ, ਮੰਮੀ ਪਾਪਾ ਕਾ ਹੁਆ, ਹਮ ਹੋ ਗਏ। ਉਹ ਤਾਂ ਮੈਨੂੰ ਪਤਾ। ਸੁਣਾਓ ਫਿਰ ਗਾਣਾ। ਇੱਕ ਹੱਥ ਮੈਂ ਵੀ ਹੈ, ਦੂਜਾ ਤੂੰ ਵੀ ਮੇਰੇ ਨਹੀਂ ਹੈ, ਆਈ ਲਵ ਯੂ ਮਾਈ ਡੀਅਰ, ਆਈ ਆਈ ਓ ਆਈ। ਮੇਰਾ ਛੋਟ ਟਕੀਲਾ, ਮੇਰਾ ਬਦਨ ਹੈ ਗਿੱਲਾ, ਮੁਝੇ ਔਰ ਪਿਲਾ ਪਿਲਾ, ਆਈ ਆਈ ਓ। ਮੇਰੇ ਪਾਸ ਨਗੀਨਾ, ਮੁਝੇ ਆਏ ਪਸੀਨਾ, ਜਰਾ ਔਰ ਭਿਗਾ ਕੇ ਨਾ ਜਾਈਓ, ਖੋਲ ਖੋਲ ਤੇਰੀ ਬੋਤਲ ਖੋ, ਰੈਡੀ ਹੈ ਤੇਰੀ ਬੇਬੀ ਡੋਲ। ਸਾਰੇ ਭਾਈਓ ਕੋ ਮੇਰੀ ਰਾਮ ਰਾਮ। ਔਰ ਭਾਈਓ ਠੀਕ ਹੋ? ਘਰ ਪਰਿਵਾਰ, ਬਾਲ ਬੱਚੇ? ਨਹੀਂ ਕੋਈ ਬਾਤ ਨਹੀਂ ਭਾਈ, ਹੋ ਜਾਏਂਗੇ। ਕੀ ਨਾਮ ਹੈ ਜੀ? ਲਲਿਤ ਕੁਮਾਰ। ਲਲਿਤ ਕੁਮਾਰ ਕਹਾਂ ਸੇ ਲਲਿਤ ਜੀ? ਪਾਨੀਪਤ ਸੇ। ਕਿਆ ਬਾਤ ਹੈ, ਕਿਆ ਬਾਤ ਹੈ, ਕਿਆ ਬਾਤ ਹੈ। ਪਰਿਵਾਰ ਮੇਂ ਕੌਣ ਕੌਣ ਜੀ? ਮੈਂ, ਮੇਰੀ ਮੰਮੀ, ਮੇਰਾ ਪਾਪਾ, ਮੇਰੀ ਦਾਦੀ। ਓ ਯਾਰ, ਇੱਜ਼ਤ ਉੱਜ਼ਤ ਕਰ ਲਿਆ ਕਰੋ। ਕਹੋ ਮੇਰੇ ਫਾਦਰ ਸਾਹਿਬ। ਬੋਲੋ। ਮੇਰੇ ਫਾਦਰ ਸਾਹਿਬ। ਹਾਂਜੀ। ਮੇਰੇ ਮਦਰ ਜੀ? ਮੇਰੀ ਮਦਰ ਜੀ। ਹਾਂਜੀ। ਮੇਰੇ ਸਿਸਟਰ? ਮੇਰੇ ਸਿਸਟਰ। ਕਿਆ? ਮੇਰੀ ਸਿਸਟਰ, ਆਪ ਗਲਤ ਬੋਲ ਗਏ। ਨਹੀਂ, ਭਾਵੇਂ ਮੇਰੇ ਸਿਸਟਰ ਹੋਣ, ਭਾਵੇਂ ਮੇਰੀ ਹੋਵੇ, ਇੱਕੋ ਹੀ ਗੱਲ। ਹੋਰ ਸੁਣਾਓ। ਬੜੀਆ ਜੀ। ਸੁਣਾਓ ਗਾਣਾ, ਕੋਈ ਸ਼ਾਇਰ ਹੋਈ ਸ਼ਾਇਰੀ, ਕੋਈ ਵਧੀਆ ਜਿਹਾ। ਡਾਂਸ ਡਾਂਸ, ਕਿਆ ਬੋਲ, ਡਾਂਸ ਨਹੀਂ ਦੇਖਿਆ। ਥੈਂਕ ਯੂ। Thank you so much. God bless you, Mirabir. God bless you. God bless you. Haan ji. Monu naam hai mera ji. Wow, Monu. Ki haal chal, Monu? Badhiya. Kahan se?
ਪਾਣੀਪਤ ਸੇ ਪਾਣੀਪਤ ਇੱਥੇ ਕਿਹੜਾ ਕੋਰਸ ਕੀਤਾ ਜਵਾਨ ਮੋਨੂ ਬੀਬੀਏ ਬੀਬੀਏ ਕਿਹੜਾ ਇਅਰ ਹੈ ਫਸਟ ਇਅਰ ਫਸਟ ਇਅਰ ਓਕੇ ਫੈਮਿਲੀ ਚ ਕੌਣ ਕੌਣ ਮੋਨੂ ਦੋ ਤਿੰਨ ਭਾਈ ਹਮ ਤਿੰਨ ਭਾਈ ਹੈ ਪਹਿਲਾਂ ਦੋ ਕਹਿ ਲੂੰ ਹਮ ਤਿੰਨ ਭਾਈ ਹੈ ਔਰ ਮੰਮੀ ਔਰ ਪਾਪਾ ਤਿੰਨ ਭਾਈ ਮੰਮੀ ਪਾਪਾ ਓਕੇ ਓਕੇ ਸਭ ਤੋਂ ਵੱਡਾ ਕੌਣ ਹੈ ਸਭ ਤੋਂ ਵੱਡਾ ਮੇਰਾ ਭਾਈ ਹੈ ਅੱਛਾ ਮੈਂ ਬੀਚ ਕਾ ਹੂੰ ਅੱਛਾ ਤੁਸੀਂ ਵਿੱਚ ਵਾਲੇ ਉਸ ਤੋਂ ਬਾਅਦ ਛੋਟਾ ਭਰਾ ਉਸ ਤੋਂ ਬਾਅਦ ਵੱਡਾ ਭਰਾ ਕੀ ਸੁਣਾਓਗੇ ਗਾਣਾ ਗਾਣਾ ਸੁਣਾਓ 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 ਕੱਲ ਰਸਤੇ ਮੇਂ ਗਮ ਮਿਲ ਗਿਆ ਥਾ ਕੱਲ ਰਸਤੇ ਮੇਂ ਗਮ ਮਿਲ ਗਿਆ ਥਾ ਗਮ ਮਿਲ ਗਿਆ ਤੈਨੂੰ ਕੀ ਖਾਧਾ ਸਵੇਰੇ ਅੱਜ ਸਵੇਰੇ ਕੀ ਖਾਧਾ ਛੱਡ ਗਾਣਾ ਸਵੇਰੇ ਕੀ ਖਾਧਾ ਸਵੇਰੇ ਕੁਛ ਨਹੀਂ ਰੋਟੀ ਦੋ ਰੋਟੀ ਬਸ ਦੋ ਰੋਟੀ ਦੁਪਹਿਰੇ ਦੁਪਹਿਰੇ ਵੀ ਦੋ ਰੋਟੀ ਅੱਛਾ ਸ਼ਾਮ ਨੂੰ ਸ਼ਾਮ ਨੂੰ ਦੋ ਰੋਟੀ ਤੇ ਰਾਤ ਨੂੰ ਰਾਤ ਨੂੰ ਤੂੰ ਚਾਰ ਵਾਰ ਖਾਂਦਾ ਸ਼ਾਮ ਨੂੰ ਰਾਤ ਨੂੰ ਇੱਕ ਇੱਕ ਅੱਛਾ ਇੱਕ ਇੱਕ ਦੋ ਨਹੀਂ ਹੋ ਗਈ ਅੱਛਾ ਦੋ ਹੋ ਗਈਆਂ ਬਹੁਤ ਵਧੀਆ ਚੱਲ ਚੰਗਾ ਮੋਨੂ ਲਵ ਯੂ ਕੀ ਨਾਂ ਸ਼ੁਭਮ ਚੋਪੜਾ ਉੱਚੀ ਬੋਲ ਸ਼ੁਭਮ ਸ਼ੁਭਮ ਚੋਪੜਾ ਕਿੱਥੇ ਰਹਿਣਾ ਵੀਰ ਯਹੀਂ ਪਾਣੀਪਤ ਪਾਣੀਪਤ ਹੀ ਹਾਂਜੀ ਕੀ ਸ਼ੌਂਕ ਹੈ ਸਿੰਗਿੰਗ ਦਾ ਸ਼ੌਂਕ ਹੈ ਓਕੇ ਤੇ ਕਿਹੜਾ ਕਿਹੜਾ ਈਅਰ ਹੈ ਇੱਥੇ ਫਸਟ ਈਅਰ ਹੈ ਬੀਟੈਕ ਪਹਿਲਾ ਸਾਲ ਹੀ ਹੈ ਹਾਂਜੀ ਸਕੂਲਿੰਗ ਕਿੱਥੋਂ ਹੋਈ ਸਕੂਲਿੰਗ ਡੀਏਵੀ ਸਕੂਲ ਸਫੀਦੋਂ ਤੋਂ ਉਹ ਵੀ ਇੱਥੇ ਨੇੜਤੜੀ ਪਾਣੀਪਤ ਦੇ ਨੇੜਤੜੀ ਹਾਂਜੀ ਹਾਂਜੀ ਓਕੇ ਕੀ ਏਮ ਹੈ ਜ਼ਿੰਦਗੀ 'ਚ ਵਧੀਆ ਇੰਜੀਨੀਅਰ ਬਣਨਾ ਹੈ ਬਣ ਜਾਏਗਾ ਹਾਂ ਅੱਛਾ ਅੱਛਾ ਬਹੁਤ ਵਧੀਆ ਬਹੁਤ ਵਧੀਆ ਹਜੇ ਤਾਂ ਪਹਿਲਾ ਸਾਲ ਹੀ ਹੈ ਹਾਂਜੀ ਕਿੱਦਾਂ ਮੈਂ ਕਿਹਾ ਵਧੀਆ ਲੱਗਿਆ ਕਾਲਜ ਹਾਂਜੀ ਬਹੁਤ ਵਧੀਆ ਸਭ ਤੋਂ ਵਧੀਆ ਮੈਡਮ ਕਿਹੜੇ ਲੱਗੇ ਤਾਨਾ ਮੈਂ ਯਾਰ ਪੁੱਛ ਤੇ ਲੈਣ ਦੋ ਤਾਂ ਹੀ ਬੱਚਾ ਪੜੂਗਾ ਹਾਂਜੀ ਹਾਂਜੀ ਤਾਨਿਆ ਮੈਮ ਤਾਨਿਆ ਮੈਡਮ ਕੀ ਪੜ੍ਹਾਉਂਦੇ ਨੇ ਕੈਮਿਸਟਰੀ ਅੱਛਾ ਕੈਮਿਸਟਰੀ ਪੜ੍ਹਾਉਂਦੇ ਨੇ ਕੋਈ ਲੈਕਚਰ ਨਹੀਂ ਛੱਡਿਆ ਅਭੀ ਫਸਟ ਸਮੈਸਟਰ ਮੈਂ ਕੋਈ ਆਇਆ ਨਹੀਂ ਨਹੀਂ ਫਸਟ ਸਮੈਸਟਰ ਦੇ ਵਿੱਚ ਤਾਨਿਆ ਮੈਡਮ ਲੱਗੇ ਨਹੀਂ ਤੇ ਫਿਰ ਤੈਨੂੰ ਵਧੀਆ ਕਿਵੇਂ ਲੱਗ ਰਹੇ ਨੇ ਅੱਛਾ ਮੈਡਮ ਹਜੇ ਪੜ੍ਹਾ ਵੀ ਨਹੀਂ ਰਹੇ ਤੈਨੂੰ ਵਧੀਆ ਲੱਗ ਰਹੇ ਨੇ ਨਹੀਂ ਬਸ ਐਸੀ ਅੱਛਾ ਮੈਡਮ ਪੜ੍ਹਾ ਅੱਛਾ ਜਿਹੜੇ ਪੜ੍ਹਾ ਰਹੇ ਨੇ ਉਹ ਨਹੀਂ ਵਧੀਆ ਲੱਗਦੇ ਤੈਨੂੰ ਜਿਹੜੇ ਮੈਡਮ ਤੈਨੂੰ ਪੜ੍ਹਾ ਨਹੀਂ ਰਹੇ ਉਹ ਵਧੀਆ ਲੱਗ ਰਹੇ ਨੇ ਫਿਰ ਤੂੰ ਕੈਮਿਸਟਰੀ ਪੜ੍ਹ ਲਿਆ ਕਰ ਪੜ੍ਹੇਂਗੇ ਕੈਮਿਸਟਰੀ ਵੀ ਆਏਗੀ ਨਾ ਅਗਲੇ ਅੱਛਾ ਅਗਲੇ ਸਮੈਸਟਰ ਜਾਊਗੀ ਓਕੇ 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 ਬਹੁਤ ਵਧੀਆ ਸੁਣਾਓਗੇ ਕੁਛ ਹਾਂਜੀ ਸੁਣਾਓ ਅਮਰਿੰਦਰ ਗਿੱਲ ਪਾਜੀ ਦਾ ਸੌਂਗ ਹੈ ਸੁਣਾਓ 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 ਸਭ ਕਹਿੰਦੇ ਨੇ ਉਹ ਬਦਲ ਗਏ ਕਿ ਉਹ ਬੇਵਫਾ ਨੇ ਸੁਣ ਤੀਰ ਕਲੇਜੇ ਉਹ ਨਿਕਲ ਗਏ ਕਿ ਉਹ ਬੇਵਫਾ ਨੇ ਇਹ ਤਾਂ ਹੋ ਨਹੀਂ ਸਕਦਾ ਉਹਨੂੰ ਮੇਰੀ ਨਾ ਪਰਵਾਹ ਹੋਵੇ ਜਾ ਰੱਬਾ ਸਾਡੀ ਜਾਨ ਨਿਕਲ ਜੇ ਜਾਂ ਫਿਰ ਅਫਵਾਹ ਹੋਵੇ ਜਾ ਰੱਬਾ ਸਾਡੀ ਜਾਨ ਨਿਕਲ ਜੇ ਜਾਂ ਫਿਰ ਅਫਵਾਹ ਹੋਵੇ ਕੀ ਨਾਂ ਤੁਹਾਡਾ ਕਿਰਨ ਸਤਿ ਸ੍ਰੀ ਅਕਾਲ ਦੁਬਾਰਾ ਕਿਉਂ ਸਤਿ ਸ੍ਰੀ ਅਕਾਲ ਕਿੱਦਾਂ ਜਿਵੇਂ ਇੰਗਲੈਂਡ ਵਾਲੀ ਗੋਰੀ ਨਹੀਂ ਹੁੰਦੀ ਕੋਈ ਕਿੱਦਾਂ ਕਿੱਦਾਂ ਬਹੁਤ ਵਧੀਆ ਸਾਰੇ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਕੀ ਸੁਣਾਓਗੇ ਜੀ ਡਾਂਸ ਸੁਣਾਓਗੇ ਡਾਂਸ ਕਰਨਾ ਗਾਣਾ ਦਿੱਤਾ ਹੋਇਆ ਜੀ ਤੁਸੀਂ ਥੋੜੇ ਜਿਹੇ ਬ੍ਰੇਕ ਦਾ ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਕੀ ਬਾਤ ਹੈ ਜੀ ਥੈਂਕ ਯੂ ਸੋ ਮਚ ਥੈਂਕ ਯੂ ਤੁਹਾਨੂੰ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਹੈ ਤੁਹਾਡੇ ਆਪਣੇ ਫੇਵਰੇਟ ਸ਼ੋਅ ਕੰਟੀਨਿਊ ਮਟੀਰ ਦੇ ਵਿੱਚ ਗੀਤਾ ਕਾਲਜ ਆਫ ਇੰਜੀਨੀਅਰਿੰਗ ਬਹੁਤ ਵਧੀਆ ਕੈਂਪਸ ਸੋ ਬੁਲਾਉਂਦੇ ਹਾਂ ਜੀ ਅਗਲੇ ਸਟੂਡੈਂਟ ਨੂੰ ਆਓ ਜੀ ਸਤਿ ਸ਼੍ਰੀ ਅਕਾਲ ਕੀ ਨਾਂ ਤੁਹਾਡਾ ਮੇਰਾ ਨਾਂ ਅਕਸ਼ਿਤ ਹੈਗਾ ਜੀ ਓਕੇ ਕਦ ਤੋਂ ਗਿਟਾਰ ਗਿਟਾਰ ਨਹੀਂ ਮੈਂ ਪੰਜਾਬੀ ਗਾਣੇ ਲਿਖਦਾ ਹਾਂ ਆਪਣੇ ਨਹੀਂ ਗਿਟਾਰ ਕੌਣ ਪਲੇ ਕਰੂਗਾ ਕਰ ਤਾਂ ਲਊਗਾ ਮੈਂ ਗਿਟਾਰ ਕਿਹਦੀ ਤੁਹਾਡੀ ਹੈ ਜੀ ਨਹੀਂ ਤੁਸੀਂ
ਹਾਂਜੀ ਮੈਨੂੰ ਲੱਗਦਾ ਗਿਟਾਰ ਕਿਸੇ ਮੰਗ ਕੇ ਲੈ ਕੇ ਆਇਆ ਨਾ ਤੂੰ ਦੱਸ ਦੇਣਾ ਕਹਿੰਦਾ ਮੈਂ ਇਹੋ ਪਰਫਿਊਮ ਅੱਛਾ ਫਿਰ ਕਰੋ ਫਿਰ ਲੈ ਕੇ ਆਓ ਗਿਟਾਰ ਤੇ ਮੈਂ ਇੱਕ ਆਪਣਾ ਲਿਖੇ ਹੋਏ ਗਾਣਾ ਸੁਣਾ ਦਾ ਮੈਂ ਕਿਹਾ ਭਾਵੇਂ ਚਾਰ ਸੁਣਾ ਗਿਟਾਰ ਚੱਕ ਛੋੜ ਕੇ ਜਾਨ ਉਹ ਗਲੂਕੋਜ ਹੈਗਾ ਗਲੂਕੋਜ ਸਰ ਇਹ ਗਾਣਾ ਜਿਹੜਾ ਨਾ ਇਹ ਮੈਂ ਆਪੇ ਲਿਖਿਆ ਬਹੁਤ ਵਧੀਆ ਮੈਂ ਫੜ ਲੈਣਾ ਕੋਈ ਨੀ ਮੈਂ ਫੜ ਲੈਣਾ ਗੱਲਾਂ ਕਰਕੇ ਉਡਾਉਂਦੇ ਨੇ ਮਜ਼ਾਕ ਜਿਹੜੇ ਸਮਝਦੇ ਮੈਨੂੰ ਨੇ ਜਵਾਕ ਜਿਹੜੇ ਸਾਰਿਆਂ ਦਾ ਮੈਂ ਭੁਲੇਖਾ ਵੇਖੀ ਕੱਢੂੰਗਾ ਹਾਂ ਸਾਰਿਆਂ ਦਾ ਮੈਂ ਭੁਲੇਖਾ ਵੇਖੀ ਕੱਢੂੰਗਾ ਸਾਰਿਆਂ ਦਾ ਮੈਂ ਭੁਲੇਖਾ ਵੇਖੀ ਕੱਢੂੰਗਾ ਹਾਂ ਬਸ ਚੰਗੇ ਟਾਈਮਾਂ ਲੈਣ ਦੇ ਇੱਕ ਦਿਨ ਵੇਖੀ ਨਾਮੀ ਉੱਚਾ ਕਰੂੰਗਾ ਇਹ ਬੇਬੇ ਬਾਪੂ ਦਾ ਭਰੋਸਾ ਮੇਰੇ ਤੇ ਇੱਕ ਦਿਨ ਵੇਖੀ ਨਾਮੀ ਉੱਚਾ ਕਰੂੰਗਾ ਇਹ ਬੇਬੇ ਬਾਪੂ ਦਾ ਭਰੋਸਾ ਮੇਰੇ ਤੇ ਹੋ ਵੀਰੇ ਸਭ ਕੁਛ ਛੱਡਣਾ ਤੂੰ ਰੱਬ ਤੇ ਕੁਛ ਆਪ ਕਰਨਾ ਪੈਣਾ ਏ ਜ਼ਿੰਦਗੀ 'ਚ ਆਉਣੇ ਨੇ ਮੁਕਾਮ ਬੜੇ ਉਹਨਾਂ ਨੂੰ ਖਿੱਚ ਕੇ ਲਿਆਉਣਾ ਪੈਣਾ ਏ ਜ਼ਿੰਦਗੀ 'ਚ ਆਉਣੇ ਨੇ ਮੁਕਾਮ ਬੜੇ ਉਹਨਾਂ ਨੂੰ ਖਿੱਚ ਕੇ ਲਿਆਉਣਾ ਪੈਣਾ ਏ ਕੀਤੀਆਂ ਮਿਹਨਤਾਂ ਨੇ ਰਾਤਾਂ ਜਾਗ ਜਾਗ ਕੇ ਕੀਤੀਆਂ ਮਿਹਨਤਾਂ ਨੇ ਰਾਤਾਂ ਜਾਗ ਜਾਗ ਕੇ ਕੀਤੀਆਂ ਮਿਹਨਤਾਂ ਨੇ ਰਾਤਾਂ ਜਾਗ ਜਾਗ ਕੇ ਹੁਣ ਦੱਸਣਾ ਪਰੂਫ ਕਰਕੇ ਇੱਕ ਦਿਨ ਵੇਖੀ ਨਾਮੀ ਉੱਚਾ ਕਰੂੰਗਾ ਇਹ ਬੇਬੇ ਬਾਪੂ ਦਾ ਭਰੋਸਾ ਮੇਰੇ ਤੇ ਮੇਰੀ ਮਾਂ ਦਾ ਭਰੋਸਾ ਮੇਰੇ ਤੇ ਮੇਰੇ ਬਾਪੂ ਦਾ ਭਰੋਸਾ ਮੇਰੇ ਤੇ ਆਓ ਜੀ ਕਿੱਦਾਂ ਜੀ ਬਿਹਾਰ ਸੇ ਅੱਛਾ ਫਿਰ ਤੁਹਾਡੇ ਕੋਈ ਹਾਲ ਚਾਲ ਨਹੀਂ ਦੱਸਦੇ ਚਲਤੇ ਕੈਸੇ ਹੋ ਜੀ ਨਮਸਤੇ ਨਮਸਤੇ ਕਹਾਂ ਸੇ ਬਿਹਾਰ ਸੇ ਕਿਆ ਨਾਮ ਹੈ ਜੀ ਗੌਰਵ ਕੁਮਾਰ ਗੌਰਵ ਕੁਮਾਰ ਇਤਨੀ ਦੂਰ ਸੇ ਆਪ ਯਹੀਂ ਐਡਮਿਸ਼ਨ ਲਿਆ ਜੀ ਕਿਤਨਾ ਟਾਈਮ ਲਗਤਾ ਹੈ ਪਹੁੰਚਨੇ ਕੋ ਵਹਾਂ 36 ਘੰਟਾ 36 ਘੰਟਾ ਕੇ ਘੰਟੇ ਪੈਨ ਦੋ ਰੱਖੇ ਤੂੰ ਜੀ ਦੋ ਪੈਨ ਜੀ ਸਾਡੇ ਕੋਲ ਇੱਕ ਨਹੀਂ ਹੁੰਦਾ ਪੇਪਰ 'ਚ ਵੀ ਕਿਸੇ ਨੂੰ ਮੰਗਦੇ ਪੈਨ ਦੇ ਯਾਰ ਪੈਨ ਦੇ ਪੇਪਰ ਮੈਂ ਐਕਸਟਰਾ ਲੈ ਜਾਂਦਾ ਹਾਂ ਨਾ ਐਕਸਟਰਾ ਅੱਛਾ ਉਹ ਬੱਚੇ ਇਹ ਉਹ ਬੱਚੇ ਨੇ ਜਦੋਂ ਸਾਡਾ ਪੇਪਰ ਨਹੀਂ ਖਤਮ ਹੁੰਦਾ ਪਿੱਛੋਂ ਆਵਾਜ਼ ਆਉਂਦੀ ਹੈ ਮੈਮ ਐਕਸਟਰਾ ਸ਼ੀਟ ਹੈ ਇੰਨਾ ਗੁੱਸਾ ਚੜ੍ਹਦਾ ਨਾ ਇਹਦੇ ਇਹੋ ਜਿਹੇ 'ਤੇ ਫਿਰ ਬੰਦੇ ਨੂੰ ਹੁੰਦਾ ਵੀ ਯਾਰ ਮੇਰੀ ਸ਼ੀਟ ਭਰ ਦੇ ਯਾਰ ਤੂੰ ਅੱਛਾ ਅੱਛਾ ਬਲਿਊ ਪੈਨ ਨਾਲ ਲਿਖਣਾ ਔਰ ਰੈੱਡ ਪੈਨ ਨਾਲ ਨਹੀਂ ਨਹੀਂ ਹੈਡਿੰਗ 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 ਅੰਡ ਹੈ ਹੈਡਿੰਗ ਬਲੈਕ ਸੇ ਹੋਤੀ ਹੈ ਅੱਛਾ ਚਲ ਬਹੁਤ ਵਧੀਆ ਲਵ ਯੂ ਤੁਹਾਡਾ ਨਾਂ ਜੀ ਹਰਮਨਪ੍ਰੀਤ ਓਕੇ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਜੀ ਸਫੀਦਾਂ ਦੇ ਕੋਲ ਪਿੰਡ ਰਲਾਣਾ ਕਲਾ ਓਕੇ ਜੀ ਇੱਥੇ ਕਿਹੜਾ ਕੋਰਸ ਕੀਤਾ ਜੁਆਇਨ ਬੀਬੀਏ ਓਕੇ ਪਹਿਲਾ ਯੀਅਰ ਸੈਕਿੰਡ ਸੈਕਿੰਡ ਓਕੇ 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 ਡਾਂਸ ਡਾਂਸ ਕਰਨਾ ਜੀ ਹਾਂਜੀ ਓਕੇ ਜੀ ਕਿਹੜੇ ਗਾਣਾ ਦਿੱਤਾ ਹੋਇਆ ਜੀ ਹਾਂਜੀ ਓਕੇ ਓਕੇ ਜੀ ਸਰ ਕਿਆ ਨਾਮ ਹੈ ਜੀ ਸੂਰਜ ਸਰ ਤੂੰ ਹੀ ਤੂੰ ਹੈ ਹਾਂਜੀ ਮੈਂ ਕਹਾਂ ਸੇ ਜੀ ਪਾਸ ਮੇ ਗਾਂਵ ਹੈ ਬਹਾਦਰ ਗਾਂਵ ਅੱਛਾ ਬਹਾਦਰ ਗਾਂਵ ਓਕੇ 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 ਤੇ ਪਰਿਵਾਰ 'ਚ ਕੌਣ ਕੌਣ ਹੈ ਪਰਿਵਾਰ 'ਚ ਪਾਪਾ ਹੈ ਮੰਮੀ ਪਾਪਾ ਜੀ ਪਾਪਾ ਜੀ ਮੰਮੀ ਜੀ ਹੋਰ ਦੋ ਭਾਈ ਹੈ ਓਕੇ 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 ਤਿੰਨ ਭਰਾ ਟੋਟਲ ਤੁਸੀਂ ਹਾਂਜੀ ਜੀ ਕਿਹੜਾ ਕੋਰਸ ਜੁਆਇਨ ਕੀਤਾ ਇੱਥੇ ਜੀ ਮੈਂ ਹੋਟਲ ਮੈਨੇਜਮੈਂਟ ਕਰ ਰਿਹਾ ਹਾਂ ਅੱਛਾ ਐਚ ਐਮ ਹਾਂਜੀ ਓਕੇ ਕਿਹੜਾ ਈਅਰ ਹੈ ਉਹਨੂੰ ਕੀ ਇਸ਼ਾਰੇ ਕਰਦਾ ਫਸਟ ਈਅਰ ਉਧਰ ਇਸ਼ਾਰੇ ਕਰਦਾ ਕੀ ਨਹੀਂ ਉਹ ਬਾਈ ਖੜਾ ਹੈ ਨਾ ਅੱਛਾ ਕਿਹੜਾ ਜਿਹੜਾ ਛੋਟਾ ਹਾਂਜੀ ਛੋਟਾ ਵੀ ਇੱਥੇ ਪੜਦਾ ਹਾਂ ਤਿੰਨੋਂ ਅਮੀਆਂ ਹੀ ਪੜਦੇ ਅੱਛਾ ਤਿੰਨੇ ਇੱਥੇ ਲਾਤੇ ਤਿੰਨੋਂ ਇੱਥੇ ਡੈਡੀ ਕੀ ਕਰਦੇ ਨੇ ਡੈਡੀ ਆਰਮੀ ਵਿੱਚ ਹੈ ਕੀ ਬਾਤ ਹੈ ਕੀ ਬਾਤ ਕਿੱਥੇ ਪੋਸਟਿੰਗ ਉਹਨਾਂ ਦੀ ਅਬੀ ਅੰਮ੍ਰਿਤਸਰ ਬਹੁਤ ਵਧੀਆ ਬਹੁਤ ਵਧੀਆ ਸਲਿਊਟ ਹੈ ਜੀ ਸਾਡੇ ਸਾਰੇ ਜਿੰਨੇ ਵੀ ਆਰਮੀ ਦੇ ਵਿੱਚ ਹੈਗੇ ਨੇ ਫੌਜੀ ਸੱਜਣ ਨੇ ਫੌਜੀ ਭਰਾ ਨੇ ਮੇਰੇ ਤੋਂ ਵੱਡੇ ਨੇ ਔਰ ਅਸੀਂ ਉਹਨਾਂ ਕਰਕੇ ਹੀ ਸਾਹ ਲੈ ਰਹੇ ਹਾਂ
ਹੁਣ ਜਿਵੇਂ ਤਿੰਨੇ ਭਰਾ ਨੇ ਇੱਥੇ ਨਾਲ ਮਦਰ ਰਹਿੰਦੇ ਇਹਨਾਂ ਦੇ ਸੋ ਇਹਨਾਂ ਦੇ ਫਾਦਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਨੇ ਸੋ ਪਰਿਵਾਰਾਂ ਤੋਂ ਦੂਰ ਨੇ ਪਰ ਉਹ ਸਾਡੇ ਸਾਰਿਆਂ ਲਈ ਨੇ ਸੋ ਫੌਜੀ ਵੀਰਾਂ ਲਈ ਇੱਕ ਵਾਰ ਜ਼ੋਰਦਾਰ ਤਾੜੀਆਂ ਦੇ ਫਾਦਰ ਸਾਹਿਬ ਕਿੱਦਾਂ ਜੀ ਵਧੀਆ ਜੀ ਤਗੜੇ ਬਹੁਤ ਸੋਹਣੀ ਪੱਗ ਕਿਆ ਬਾਤ ਹੈ ਕਿਆ ਬਾਤ ਹੈ ਕਿਆ ਬਾਤ ਹੈ ਕੀ ਨਾਂ ਤੁਹਾਡਾ ਰਵਜੋਤ ਸਿੰਘ ਜੀ ਹਾਂ ਕਿੱਥੋਂ ਪਾਣੀਪਤ ਤੋਂ ਜੀ ਪਾਣੀਪਤ ਤੋਂ ਫੈਮਿਲੀ 'ਚ ਕੌਣ ਕੌਣ ਫੈਮਿਲੀ 'ਚ ਜੀ ਬੇਬੇ ਬਾਪੂ ਅਤੇ ਵੱਡੀ ਭੈਣ ਕਿਆ ਬਾਤ ਹੈ ਕਿਆ ਬਾਤ ਸਭ ਜਿਉਂਦੇ ਵੱਸਦੇ ਰਹਿਣ ਪਰਮਾਤਮਾ ਸਭ ਨੂੰ ਤਰੱਕੀ ਦੇਣ ਜੀ ਕੀ ਸੁਣਾਓਗੇ ਸਾਨੂੰ ਕੀ ਪੇਸ਼ ਕਰੋਗੇ ਭੰਗੜਾ ਕਰਕੇ ਦਿਖਾਵਾਂਗੇ ਜੀ ਭੰਗੜਾ ਭੰਗੜਾ ਪੂਰੀ ਰੌਣਕਾਂ ਲੱਗੀਆਂ ਹੋਈਆਂ ਨੇ ਪਾਣੀਪਤ ਦੇ ਨੇੜੇ ਅਸੀਂ ਆਏ ਹੋਏ ਹਾਂ ਹਰਿਆਣਾ ਬੈਲਟ ਹੈ ਜੀ ਬਹੁਤ ਪਿਆਰ ਮਿਲ ਰਿਹਾ ਔਰ ਬਹੁਤ ਟੈਲੈਂਟਡ ਬੱਚੇ ਇੱਥੋਂ ਦੇ ਹੁਣ ਵਾਰੀ ਹੈ ਜੀ ਇੱਥੋਂ ਦੇ ਫੈਕਲਟੀ ਮੈਂਬਰ ਨਾਲ ਗੱਲਬਾਤ ਕਰਨ ਦੀ ਔਰ ਅਥੋਰਿਟੀਜ਼ ਦੇ ਵਿੱਚੋਂ ਵਾਈਸ ਚੇਅਰਮੈਨ ਸਰ ਸਾਡੇ ਨਾਲ ਖੜੇ ਨੇ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਹੈਲੋ ਸਰ ਹੈਲੋ ਜੀ ਹੈਲੋ ਕੀ ਹਾਲ ਚਾਲ ਜੀ ਬਹੁਤ ਵਧੀਆ ਜੀ ਤੁਸੀਂ ਦੱਸੋ ਆਲ ਗੁੱਡ ਜੀ ਆਲ ਗੁੱਡ ਕਦੋਂ ਤੋਂ ਜੁੜੇ ਹੋਏ ਹੋ ਸਰ ਗੀਤਾ ਇੰਜੀਨੀਅਰਿੂੰਗ ਕਾਲਜ ਨਾਲ ਇਹ ਸਾਡਾ ਕਾਲਜ 2008 ਤੋਂ ਚੱਲ ਰਿਹਾ ਕਿਆ ਬਾਤ ਜੀ ਕਿਆ ਬਾਤ ਤੁਸੀਂ ਕਦੋਂ ਤੋਂ ਜੁੜੇ ਹੋਏ ਹੋ ਜੀ ਮੈਂ ਵੀ 2008 ਤੋਂ ਜੁੜਿਆ ਜੀ ਅੱਛਾ ਮੈਂ ਸੋਚਿਆ ਕਈ ਵਾਰੀ ਬੰਦਾ ਪਹਿਲਾਂ ਕੋਈ ਵੱਡਾ ਭਰਾ ਸ਼ੁਰੂ ਕਰਦਾ ਬਾਅਦ 'ਚ ਬੰਦਾ ਆਉਂਦਾ ਪਰ ਤੁਸੀਂ ਸ਼ੁਰੂ ਤੋਂ ਹੀ ਹਾਂ ਸ਼ੁਰੂ ਤੋਂ ਹੀ ਛੋਟਾ ਭਰਾ ਸ਼ੁਰੂ ਕੀਤਾ ਹੈ ਓਕੇ 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 ਬਹੁਤ ਬੜਾ ਭਰਾ ਮੇਰਾ ਲੋ ਕਾਲਜ ਬੈਠਦਾ ਗੀਤਾ ਇੰਸਟੀਟਿਊਟ ਲੋਜ ਬੈਠਦਾ ਓਕੇ 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 ਜਿੱਥੇ ਤੁਸੀਂ ਕੱਲ ਜਾਣਾ ਹਾਂਜੀ 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 ਸੋ ਹਰੇਕ ਭਰਾ ਨੇ ਇੱਕ ਇੱਕ ਜ਼ਿੰਮੇਵਾਰੀ ਸਾਂਭੀ ਹੋਈ ਦੋ ਹੀ ਭਰਾ ਅਸੀਂ ਜੀ ਅੱਛਾ ਦੋ ਹੀ ਭਰਾ ਹੋ ਬਹੁਤ ਵਧੀਆ ਬਹੁਤ ਵਧੀਆ ਅਤੇ ਹੋਰ ਕੰਮ ਕਾਰ ਬਹੁਤ ਵਧੀਆ ਬਹੁਤ ਵਧੀਆ ਜੀ ਤੁਹਾਡੀ ਆਪਣੀ ਸਕੂਲਿੰਗ ਅਤੇ ਜਿਹੜੀ ਕਾਲਜ ਲਾਈਫ ਹੈਗੀ ਕਿੱਥੋਂ ਤੁਸੀਂ ਪੜ੍ਹੇ ਕਿੱਥੋਂ ਜੀ ਮੈਂ ਬੀਟੈਕ ਕੀਤੀ ਹੈ ਕੁਰਸ਼ੇਤਰਾ ਯੂਨੀਵਰਸਿਟੀ ਤੋਂ ਓਕੇ ਜੀ ਔਰ MBA ਕੀਤੀ ਹੈ ਆਫਟਰ ਦੈਟ ਓਕੇ ਤੁਹਾਡਾ ਪਹਿਲਾ ਹੀ ਮੋਟਿਵ ਸੀਗਾ ਜੀ ਇੱਧਰ ਇਹ ਐਜੂਕੇਸ਼ਨ ਲਾਈਨ ਦੇ ਵਿੱਚ ਆਉਣਾ ਜਾਂ ਬਾਅਦ ਕੋਈ ਸਬੱਬ ਬਣਿਆ ਜੀ ਐਜੂਕੇਸ਼ਨ ਮੈਂ 92 ਸੇ ਹਾਂ ਸਕੂਲਸ ਕੇ ਅੰਦਰ ਔਰ 2005 ਸੇ ਹਮ ਕਾਲਜ ਕੇ ਅੰਦਰ ਆਏ ਹੈ 2005 ਮੈਂ ਹਮਨੇ ਐਜੂਕੇਸ਼ਨ ਸੈਕਟਰ ਕੇ ਅੰਦਰ ਐਂਟਰੀ ਕਰੀ ਕਾਲਜਿਸ ਕੇ ਅੰਦਰ BEd ਕਾਲਜ ਆਇਆ ਹਮਾਰਾ ਫਿਰ ਉਸਕੇ ਬਾਅਦ ਲੋ ਕਾਲਜ ਫਿਰ ਇੰਜੀਨੀਅਰਿੰਗ ਕਾਲਜ ਆਫਟਰ ਦੈਟ ਹੋਟਲ ਮੈਨੇਜਮੈਂਟ ਔਰ ਤਬ ਸੇ ਇਹ ਦੌਰ ਚਲਤਾ ਆ ਰਿਹਾ ਹੈ ਅੱਛਾ ਸਰ ਕਿੰਨੇ ਸਿਆਣੇ ਬਣ ਕੇ ਖੜੇ ਨੇ ਜਦੋਂ ਲੀਡਰ ਦੇ ਨਾਲ ਇੱਦਾਂ ਦੀ ਫੌਜ ਹੋਵੇ ਨਾ ਫਿਰ ਲੀਡਰ ਕਾਇਮ ਰਹਿੰਦਾ ਜੀ ਹੈ ਨਾ ਜੀ ਤੰਦਰੁਸਤ ਰਹਿੰਦਾ ਐਨਰਜੀ ਦੇ ਵਿੱਚ ਰਹਿੰਦਾ ਬਹੁਤ ਵਧੀਆ ਅਤੇ ਸਰ ਸ਼ੋਅ ਦੇ ਜ਼ਰੀਏ ਤੁਸੀਂ ਕੀ ਸੁਨੇਹਾ ਦਿਓਗੇ ਜੀ ਵੱਡੇ ਵੀ ਸਾਡੇ ਸ਼ੋਅ ਦੇਖਦੇ ਨੇ ਯੂਥ ਵੀ ਜੁੜਿਆ ਹੋਇਆ ਇੱਕ ਮੈਸੇਜ ਤੁਹਾਡੇ ਵੱਲੋਂ ਅੱਜ ਗੀਤਾ ਇੰਜੀਨੀਅਰਿੰਗ ਕਾਲਜ ਮੇ MH1 ਚੈਨਲ ਕੇ ਥਰੂ ਸੇ ਰਵਨੀਤ ਜੀ ਔਰ ਉਨਕੀ ਪੂਰੀ ਟੀਮ ਯਹਾਂ ਪੇ ਆਈ ਹੈ ਕੈਂਟੀਨੀ ਮੁੰਡੀਰ ਕੋ ਲੈ ਕੇ ਔਰ ਮੁਝੇ ਲੱਗਦਾ ਇੱਕ ਅੱਛਾ ਪਲੇਟਫਾਰਮ ਹੈ ਹਰ ਇੱਕ ਬੱਚੇ ਕੇ ਲੀਏ ਕਾਲਜ ਯੂਥ ਕੇ ਲੀਏ ਜੋ ਹਰ ਵਕਤ ਸਟ੍ਰੈਸ ਮੇ ਰਹਿਤਾ ਹੈ ਕਹੀਂ ਨਾ ਕਹੀਂ ਪੜ੍ਹਾਈ ਕੋ ਲੈ ਕੇ ਐਸਾ ਹੈ ਐਸਾ ਹੈ तो MH1 ने एक इनिशिएटिव लिया कि कॉलेज के अंदर कैंपस में जाकर उन बच्चों को मौका देने का जिनके अंदर टैलेंट है तो उसके लिए मैं MH1 को और उनकी पूरी टीम को और रवनीत जी जो ऑलरेडी इतने एल्बम कर चुके हैं और मुझे अभी पता लगा आज अभी रास्ते में आते हुए बताया कि इनकी कोई एक मूवी भी आने वाली है तो जोरदार तालियां रवनीत जी के लिए और मुझे उम्मीद है इनमें से कोई बच्चा यहाँ से निकल के जाएगा और MH1 चैनल पे जाएगा और फिर वहाँ से रवनीत जी की जगह लेकर यहाँ पे आएगा और रवनीत जी प्रमोट हो जाएंगे थैंक यू सो मच सर थैंक यू सो मच बहुत बढ़िया लगे गरबा हाँ जी सर ਜੀ ਫੈਮਲੀ ਫਸਟ ਆਫ ਆਲ ਦੀ ਹੈਡ ਆਫ ਦੀ ਫੈਮਲੀ ਇਜ਼ ਮਾਈ ਫਾਦਰ
Then my mother, a younger brother who does business, and his wife and two children. Okay. Myself, my wife, and I have two. I'm blessed with two daughters. क्या बात है क्या बात. So that's my family. लंबा जोड़ा परिवार है. और हमारा ही परिवार नू खुश रखन तंदरुस्त नहीं रखन और दोवें भरावां दे परिवारां नू हमेशा परमात्मा चढ़दी कला च रखे. थैंक यू सो मच जी. बहुत ही लगे गलबात करके. थैंक यू सो मच. थैंक यू सो मच. हाँ जी नमस्कार जी. सत श्री अकाल जी. क्या बात है. सत श्री अकाल जी. की नाम है जी. नवनीत. ओके नवनीत. मरारा नन्ने दा ही फर्क रह गया जी. बस आरआर का और एनएन का. हाँ जी हाँ जी हाँ जी. कितों बिलोंग करते हो जी. पानीपत से. पानीपत जी सर. तुसी इत्थे की कुर्सी सांभी है जी. की करते हो. ਕੁਰਸੀ ਤਾਂ ਬੜੀ ਔਖੀ ਹੈਗੀ ਜੀ. ਸਾਹਮਣੀ ਬੜੀ ਔਖੀ ਹੈਗੀ. ਮੈਂ ਕੁਰਸੀ ਸਾਂਭੀ ਹੈ ਕੰਪਿਊਟਰ ਡਿਪਾਰਟਮੈਂਟ ਦੀ. ਕੀ ਬਾਤ. ਬੜਾ ਵਧੀਆ ਡਿਪਾਰਟਮੈਂਟ ਹੈ. ਮੈਂ 4 ਸਾਲ ਪਹਿਲੇ ਜੁਆਇਨ ਕੀਤਾ ਸੀ. ਕੀ ਬਾਤ ਹੈ. ਨਾਲੇ ਬਹੁਤ ਕੁਝ ਸਿੱਖਣ ਨੂੰ ਮਿਲਿਆ. ਜਿਹੜਾ ਸਿੱਖਣ ਨੂੰ ਮਿਲਿਆ ਉਹ ਬੱਚਿਆਂ ਨੂੰ ਸਿਖਾ ਰਹੇ. ਬਹੁਤ ਵਧੀਆ ਬਹੁਤ ਵਧੀਆ. ਤੁਸੀਂ ਇੱਧਰ ਆਏ ਸਾਨੂੰ ਬਹੁਤ ਚੰਗਾ ਲੱਗਿਆ. ਕੀ ਬਾਤ. ਥੈਂਕ ਯੂ ਸੋ ਮਚ. ਬਾਕੀ ਮੇਰੀ ਪੰਜਾਬੀ ਟੁੱਟੀ ਫੁੱਟੀ ਹੈਗੀ. ਨਹੀਂ ਬਹੁਤ ਵਧੀਆ. ਮੈਂ ਭਾਵਨਾਵਾਂ ਸਮਝ ਰਿਹਾ. ਜੀ ਹਾਂ ਜੀ ਹਾਂ ਜੀ ਜੀ ਸਰ. ਥੈਂਕ ਯੂ ਸੋ ਮਚ. ਬਹੁਤ ਵਧੀਆ ਲੱਗਿਆ ਜੀ ਗੱਲਬਾਤ ਕਰਕੇ. ਹਾਂਜੀ ਹਾਂਜੀ. ਸਤਿ ਸ਼੍ਰੀ ਅਕਾਲ ਭਾਜੀ. ਸਤਿ ਸ਼੍ਰੀ ਅਕਾਲ ਜੀ. रजत सचदेवा. इधर सिविल डिपार्टमेंट चा मैं. ओके जी. क्या बात है क्या बात है. कितने देर तो. सर 4 साल हो गए मेनू. बहुत बढ़िया लंबा ते बढ़िया लगया सफर. बहुत सर बहुत बहुत कुछ सीखने को भी मिला. हां जी. बहुत कुछ ਸਿੱਖਿਆ ਵੀ ਦਿੱਤੀ ਸਾਡੇ ਚੇਅਰਮੈਨ ਸਰ ਨਾਲ ਨੇ. ਇਹਨਾਂ ਨੇ ਬਹੁਤ ਕੁਝ ਸਿਖਾਇਆ ਤੇ ਇਹਨਾਂ ਦੀ ਬਦੌਲਤ ਹੀ ਹੁਣ ਕਰ ਵੀ ਰਹੇ ਹਾਂ ਤੇ ਅੱਗੇ ਬੱਚਿਆਂ ਨੂੰ ਵੀ ਬਹੁਤ ਸਿਖਾ ਰਹੇ. ਬਹੁਤ ਵਧੀਆ ਬਹੁਤ ਵਧੀਆ ਸਰ. ਹੋਰਾਂ ਨੂੰ ਓਵਰ ਟੂ ਸਰ. ਸਰ ਸਤਿ ਸ਼੍ਰੀ ਅਕਾਲ ਜੀ. ਸਤਿ ਸ਼੍ਰੀ ਅਕਾਲ ਜੀ. ਕੀ ਬਾਤ ਹੈ ਜੀ. ਕੀ ਨਾਮ ਹੈ ਤੁਹਾਡਾ. ਸਰ ਮਨਜੀਤ ਸਿੰਘ. ਟੀਚਰ ਹੂੰ ਮੈਂ. ਆ 5 ਸਾਲ ਹੋ ਗਏ ਕਾਲਜ ਨਾਲ ਜੁੜੇ ਹੋਏ. ਓਕੇ. ਐਂਡ ਆਮ ਬਲੈਸਡ ਟੂ ਵਰਕ ਇਨ ਆ ਆਰਗੇਨਾਈਜੇਸ਼ਨ ਲਾਈਕ ਦਿਸ. ਓਕੇ ਜੀ. ਇਟਸ ਬੀਨ ਅ ਪ੍ਰੇਜ਼ਰ. ਪਰਿਵਾਰ ਚ ਕੌਣ ਕੌਣ ਜੀ. ਪਰਿਵਾਰ ਪੂਰਾ ਹੀ ਹੈ ਸਰ. ਪੇਰੈਂਟਸ ਹੈ ਫਿਰ ਵੀ. ਅੱਛਾ ਜੀ. ਫੈਮਿਲੀ ਹੈ. ਹਾਂ ਫੈਮਿਲੀ ਚ ਕੌਣ ਕੌਣ. ਵਿਆਹੇ ਗਏ. ਦਾਦੀ ਜੀ. ਹਾਂਜੀ. ਵਿਆਹੇ ਗਏ. ਹਾਂਜੀ. ਅੱਛਾ ਖੁਸ਼ ਹੋ ਕੇ ਦੱਸੋ. ਪੂਰੀ ਫੈਮਿਲੀ ਅਭੀ ਜੁਆਇੰਟ ਫੈਮਿਲੀ ਵੀ ਹੈ. ਸਾਰੇ ਪਾਣੀਪਤ ਹੀ ਰਹਤੇ ਹੈ. ਚਾਚਾ ਜੀ ਵਗੈਰਾ ਵੀ ਸਭੀ ਤੋਂ ਕਾਫੀ ਬੜਾ ਪਰਿਵਾਰ ਹੈ. 4 ਭਾਈ ਹੈ. ਚੜ੍ਹਦੀ ਕਲਾ ਚ ਰਹੇ ਹਨ. ਚੜ੍ਹਦੀ ਕਲਾ ਚ ਰਹੇ ਹਨ. ਸਾਰੇ ਚੜ੍ਹਦੀ ਕਲਾ ਚ ਰਹੇ ਹਨ. ਹੈਲੋ ਜੀ. ਨਮਸਕਾਰ ਸਰ. ਸਤਿ ਸ਼੍ਰੀ ਅਕਾਲ ਜੀ. ਨਮਸਕਾਰ ਜੀ. ਕੀ ਨਾਮ ਹੈ ਤੁਹਾਡਾ. ਕਰੁਣਾ. ਹੈਂਜੀ. ਕਰੁਣਾ. ਨਾ ਕਰੋ ਜੀ ਫਿਰ. ਨਾ ਦੱਸੋ ਜੀ. ਭਾਵੇਂ ਤੁਸੀਂ ਕੁਛ ਨਾ ਕਰਿਓ ਜੀ. ਕੋਈ ਚੱਕਰ ਨਹੀਂ. ਤੁਸੀਂ ਡਾਂਸ ਵੀ ਨਾ ਕਰਿਓ. ਗਾਣਾ ਵੀ ਨਾ ਸੁਣਾਇਓ. ਨਾ ਦੱਸ ਦਿਓ ਜੀ. ਕਰੁਣਾ. ਮੈਂ ਕਿਹਾ ਜੀ ਨਾ ਡਾਂਸ ਕਰਿਓ. ਕਰੁਣਾ. ਅੱਛਾ ਨਾਮ ਹੀ ਕਰੁਣਾ ਹੈ. ਅੱਛਾ ਪਹਿਲੇ ਨਾਮ ਉਹ ਜਿਹਾ ਰੱਖ ਲਿਆ ਵੀ ਜੇ ਕੋਈ ਕਹੇ ਡਾਂਸ ਕਰੋਗੇ ਕਰੁਣਾ. ਓਕੇ. ਤੁਸੀਂ ਕੀ ਪੜ੍ਹਾਉਂਦੇ ਹੋ ਜੀ. ਕੰਪਿਊਟਰ ਸਾਇੰਸ ਡਿਪਾਰਟਮੈਂਟ ਵਿੱਚ. ਓਕੇ. ਤੁਸੀਂ ਕਦੋਂ ਤੋਂ ਇੱਥੇ ਜੁਆਇਨ ਕੀਤਾ ਹੋਇਆ ਜੀ ਕਾਲਜ. ਮੈਨੂੰ 6-7 ਮਹੀਨੇ ਹੋਏ ਨੇ ਜੀ. ਅੱਛਾ ਨਵੀਂ ਹੋ ਜੀ. 6-7 ਮਹੀਨੇ ਹੋਏ ਨੇ. ਚਲੋ ਬਹੁਤ ਵਧੀਆ. ਵਧੀਆ ਰੰਗੇ ਸਫ਼ਰ. ਹਾਂਜੀ ਵਧੀਆ. ਪੜ੍ਹੇ ਕਿੱਥੋਂ ਤੁਸੀਂ. ਪੜ੍ਹੇ ਸੋਨੀਪਤ ਤੋਂ. ਬਿਲੋਂਗ ਵੀ ਸੋਨੀਪਤ ਤੋਂ ਹੀ ਕਰਦੇ ਹਾਂ. ਓਕੇ ਜੀ. ਓਕੇ. ਇੱਥੇ ਪੜ੍ਹਾਉਣ ਲੱਗ ਗਏ. ਹਾਂਜੀ. ਚਲੋ ਬਹੁਤ ਵਧੀਆ. ਗੋਡ ਬਲੈਸ ਯੂ. ਕੋਈ ਗਾਣਾ ਸੁਣਾਓਗੇ. ਗਾਣਾ ਤਾਂ ਕਰੂ ਨਾ ਕਰੂ. ਨਮਸਕਾਰ ਸਰ. ਨਮਸਕਾਰ ਜੀ. ਨਮਸਕਾਰ. ਰਵੀ ਮਲਿਕ, ਹੈਡ ਆਫ ਡਿਪਾਰਟਮੈਂਟ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ. ਓਕੇ ਓਕੇ. ਕਿੰਨੇ ਚਿਰ ਤੋਂ ਜੀ. ਸੋਰੀ ਸਰ, ਪੰਜਾਬੀ ਮੈਂ ਥੋੜ੍ਹਾ ਆਤਾ. ਮੈਂ ਹਿੰਦੀ. ਕਬ ਸੇ ਜੁਆਇਨ ਕੀਆ ਜੀ. ਕੌਨ ਸੇ ਈਅਰ ਮੇਂ ਜੁਆਇਨ ਕੀਆ ਥਾ ਆਪਨੇ. ਸਰ 2011 ਮੇਂ ਮੈਂਨੇ ਜੁਆਇਨ ਕੀਆ ਥਾ ਯਹਾਂ ਪੇ. ਓਕੇ ਜੀ. ਓਕੇ. ਬੜੀਆ ਚੱਲ ਰਹੀ ਹੈ ਸਭ ਕੁਝ. ਬਹੁਤ ਬੜੀਆ ਸਰ. ਓਕੇ ਜੀ. ਕੋਈ ਗਾਣਾ ਆਤਾ ਹੋ ਆਪਕੋ. ਨਹੀਂ ਸਰ, ਗਾਣੇ ਮੇਂ ਹਾਥ ਤੰਗ ਹੈ. ਗਾਣਾ ਔਰ ਡਾਂਸ ਗਾਣੇ ਮੇਂ ਵੀ ਹਾਥ ਤੰਗ ਹੈ. ਪੰਜਾਬੀ ਮੇਂ ਵੀ ਹਾਥ ਤੰਗ ਹੈ. ਕਲਚਰਲ ਮੇਂ ਹੀ ਤੰਗ ਹੈ. ਐਕਚੁਅਲੀ ਮੈਂ ਪੜ੍ਹਾ ਸਕਤਾ ਹੂੰ ਕਲਾਸ ਲੈਣੇ ਮੇਂ. ਠੀਕ ਹੈ. ਨਹੀਂ ਨਹੀਂ, ਡਾਂਸ ਨਹੀਂ ਆਤਾ. ਗਰੁੱਪ ਡਾਂਸ ਮੈਂ ਅੱਛਾ ਕਰ ਲੈਂਦਾ ਹੂੰ. ਅੱਛਾ, ਗਰੁੱਪ ਡਾਂਸ ਮੈਂ ਅੱਛਾ ਕਰ ਲੈਂਦਾ ਹੂੰ. ਕਰੋਗੇ ਤਾਂ ਬਿਲਕੁਲ ਕਰਾਂਗੇ. ਚਲੋ ਆਪਾਂ ਕਰਦੇ ਹਾਂ ਜੀ, ਕਰਦੇ. ਲਾਓ ਜੀ ਗਾਣਾ ਸਾਰ ਲਈ. ਕੋਈ ਵੀ ਕਿਆ ਬਾਤ ਹੈ ਕਿਆ ਬਾਤ. ਸਰ ਆਓ ਜੀ, ਆਓ ਮਾੜਾ ਜਾਓ. ਥੈਂਕਸ ਫੋਰ ਵਾਚਿੰਗ ਕੰਟੀਨੀ ਮੰਡੀਰ. MH1 ਕੰਟੀਨੀ ਮੰਡੀਰ ਦੇ ਇਸ ਯੂਟਿਊਬ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ ਅਤੇ ਬੈੱਲ ਬਟਨ ਜ਼ਰੂਰ ਪ੍ਰੈਸ ਕਰ ਲਿਓ ਤਾਂ ਕਿ ਤੁਹਾਨੂੰ ਸ਼ੋਅਜ਼ ਦੀਆਂ ਜਿਹੜੀਆਂ ਅਗਲੀਆਂ ਨੋਟੀਫਿਕੇਸ਼ਨਸ ਹੈਗੀਆਂ ਉਹ ਮਿਲ ਸਕਣ. ਥੈਂਕ ਯੂ ਸੋ ਮਚ. ਸਤਿ ਸ਼੍ਰੀ ਅਕਾਲ ਜੀ.